यार मैं क्यों दसा अगले ने मेनू 50 रुपये दिते जक्का जोड़ रखा तू खड़ दे हिली ना एने गंदला तोड़ ला तू मैं मेरे सर दे चार मारू जाबा ते मैं किनू बुला लिया मरी जानी हुनी आ पता ताही तां नु ना नुक्कर करदा दी सिद्धे मुंह नहीं होंदा कदे खेत भैन दे खासमा दी ऊई शक करी जाऊ मेरे ते हो फुल नु सुंगी दा ए फुल नु खाई जानी हाय यार सड़ के यार कोलो जाई दानी हो दिल ला के यार कोलो जाई दानी फुल नु सुंगी दा ए फुल नु खाई दानी ਫੁੱਲ ਨੂੰ ਸੁੱਗੀ ਦਾ ਫੁੱਲ ਨੂੰ ਆਪਣੇ ਵਾਲਾ ਬੱਡੜ ਕਿੱਥੇ ਆ ਓਏ ਕੀ ਜੀਜਾ ਬੱਡੜ ਕਿੱਥੇ ਆਪਣੇ ਵਾਲਾ ਉਹ ਤਾਂ ਹੈ ਹੀ ਨਹੀਂ ਉਰੇ ਮੈਨੂੰ ਭੁਲੇਖਾ ਜਿਹਾ ਪਿਆ ਜਿਵੇਂ ਉਰੀ ਹੁੰਦਾ ਉਹ ਨਾ ਤੈਨੂੰ ਨਦਬਾਦ ਬੂ ਆ ਗਿਆ ਹੋਵੇ ਉਰੇ ਨਹੀਂ ਹੈਗੇ ਉਹ ਤਾਂ ਗਏ ਹੋਏ ਨੇ ਤੂੰ ਕੀ ਕਰਦਾ ਉਰੇ ਮੈਂ ਤਾਂ ਉਰੇ ਹੀ ਆ ਗਿਆ ਸੀ ਮੈਂ ਤਾਂ ਰਿਆਜ਼ ਜਾ ਕਰਨ ਆ ਜਾਣਾ ਯਾਰ ਘਰੇ ਤਾਂ ਭੈਣ ਨਹੀਂ ਟੇਕਣ ਦਿੰਦੀ ਪੱਕੀ ਗੱਲ ਦੇਖਿਆ ਹੀ ਨਾ ਦੇਖਿਆ ਨਹੀਂ ਗਾ ਸਾਲਾ ਮੈਨੂੰ ਕਿਵੇਂ ਭੁਲੇਖਾ ਜਿਹਾ ਪੈ ਗਿਆ ਉਹੀ ਤੈਨੂੰ ਲੱਗਿਆ ਹੋਊਗਾ ਹੈ ਉਹੀ ਲੱਗਿਆ ਹੋਊਗਾ ਤੈਨੂੰ ਤੈਨੂੰ ਦਬਾਅ ਆਉਂਦਾ ਮੈਨੂੰ ਲੱਗਦਾ ਜੀਜਾ ਚੱਲ ਖੜਾ ਹੋ ਤੇਰੀ ਭੈਣ ਨਾਲ ਉੱਥੇ ਸਾਗ ਤੜਾ ਜਾ ਕੇ ਖੜਾ ਹੋ ਤੇ ਖੜਾ ਹੋ ਬਈ ਜਾਣ ਦੇ ਧੁੱਪੇ ਮੜਾ ਉਹ ਤੜਾ ਦਿਓ ਕੱਲੀ ਲੱਗ ਰਹੀ ਹੈ ਤੋੜਨ ਜਾ ਭਗ ਜਾ ਆ ਜਾ ਚੱਲ ਫੁੱਲ ਨੂੰ ਸੁੰਗੀਦਾ ਜੀਜਾ ਫੁੱਲ ਨੂੰ ਖਾਈਦਾ ਨਹੀਂ ਆ ਜਾ ਕੋਈ ਨਹੀਂ ਹੈਗਾ ਯਾਰ ਮੈਂ ਕਿਉਂ ਦੱਸਾਂ ਅਗਲੇ ਨੇ ਮੈਨੂੰ 50 ਰੁਪਏ ਦਿੱਤੇ ਨੇ ਭੈਣ ਦੇ ਖਸਮ ਨਾ 50 ਰੁਪਏ ਪਿੱਛੇ 50 ਰੁਪਏ ਪਿੱਛੇ ਬੇਈਮਾਨ ਹੋ ਗਿਆ ਭੈਣ ਦੇ ਖਸਮ ਨਾ 10 ਬਰ ਅੰਦਰ ਕੌਣ ਦੱਸ 100 ਰੁਪਏ ਦੂੰ 100 ਰੁਪਏ ਦੂੰਗਾ 100 ਰੁਪਏ ਦੂੰ ਦੱਸ ਕੌਣ ਅੰਦਰ ਦੱਸ ਗੋਲਾ ਕਬੂਤਰ ਅੰਦਰ ਤਾਂ ਗੋਲਾ ਭੈਣ ਦੇ ਖਸਮ ਗੋਲਾ ਕਬੂਤਰ ਅੰਦਰ ਕਿਵੇਂ ਵੜ ਗਿਆ ਮੇਰੀ ਗੱਲ ਸੁਣ ਕੁੱਟਦਾ ਨਹੀਂ ਕਬੂਤਰ ਕਿਆ ਕਬੂਤਰ 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 ਦੀ ਆਵਾਜ਼ ਘੱਟ ਕਬੂਤਰ ਕਿਹੜੀ ਗੋਲੇ ਦੀ ਗੇ ਜਿੰਨੇ ਦੇ ਗੋਲੇ ਦੀ ਘੱਟ ਦੇ ਗੋਲੇ ਦੀ सच्ची गल दस दे अंदर ਟੈਲੀਵਿਜ਼ਨ ਲਿਆਂਦਾ ਭਾਈ ਮੋਟਰ ਤੇਰੇ ਅਸੀਂ ਤਾਂ ਟੈਲੀ ਖਬਰਾਂ ਖਬਰਾਂ ਦੇਖਣ ਲੱਗ ਰਹੇ ਸੀ ਉਹ ਕੰਜਰ ਦੇ ਭਾਈ ਕਿਤੇ ਕਸੂਤਾ ਤਬਾ ਤੋਂ ਵਾਜਾ ਪੈ ਗਿਆ ਉਹ ਬੰਦ ਕਰਨ ਲੱਗੇ
ਬੰਦ ਨਹੀਂ ਹੋਇਆ ਹੈਗਾ ਸੁਚੰਦਰ ਵੜ ਗਈ ਸੁੱਚ ਜੀ ਅੰਦਰ ਵੜ ਗਈ ਭਾਈ ਫਿਰ ਅਸੀਂ ਡਰ ਗਏ ਅਸੀਂ ਤਾਂ ਭਾਈ ਫਿਰ ਖਸਮ ਤੁਹਾਨੂੰ ਕਿਹਾ ਤਾਂ ਇਹਦੀ ਵੀ ਖਬਰਾਂ ਦੇਖਣ ਨੂੰ ਲੈ ਉਹ ਤੁਸੀਂ ਭੈਣ ਦਾ ਹੋਰ ਇੱਕ ਸੂਤਾ ਜਾ ਪਛੇੜ ਲਿਆ ਐਨੇ ਲਾਇਆ ਤੀ ਐਨੇ ਟੈਲੀਵਿਜ਼ਨ ਕਿੱਥੇ ਆਉਣਾ ਉਹ ਥੈਲੇ ਜਾ ਹੁਣ ਤਾਂ ਬੋਰੀ ਚ ਪਾਰ ਕਿਆ ਸੀ ਹਾਂ ਖਬਰਾਂ ਚੱਲਦੀਆਂ ਨੇ ਹੋਰ ਗਿਆਨ ਵਾਲੀਆਂ ਚੀਜ਼ਾਂ ਚੱਲਦੀਆਂ ਨੇ ਕੰਮੀ ਦੇ ਮੁੰਡੇ ਨੇ ਤਵਾ ਦਿੱਤਾ ਇਹਨੂੰ ਯਾਰ ਕਸੂਤਾ ਤਵਾ ਦਿੱਤਾ ਕੋਈ ਝਾੜੂ ਲੈ ਪਿਆ ਬਹੁ ਦੂਸ਼ਣ ਦੱਸਣਾ ਸਾਡੇ ਮੈਂ ਵੀ ਹੁਣ ਉੱਥੇ ਖੜਾ ਕਿਹਾ ਥੋੜੇ ਲੱਛਣਾਂ ਦਾ ਪਤਾ ਸੀ ਮਾਂ ਕਹਿੰਦੇ ਫਿਰ ਚਰਨ ਨਾਲ ਚੂਲਾ ਉਤਰਿਆ ਹੋਇਆ ਛੋਟੇ ਭਾਈ ਤੇਰਾ ਚਾਚਾ ਲੱਗਦਾ ਮੈਂ ਵੀ ਛੋਟਾ ਭਾਈ ਪੁੱਤ ਨੀ ਲੱਗਦਾ ਫਿਰ ਤੇਰਾ ਜਵਾਕਾਂ ਵਰਗੀਆਂ ਚੱਲ ਮੇਰੇ ਦਾ ਤੂੰ ਖੁਰਕ ਦੀ ਗੋਲੀ ਲਿਆਦੀ ਮੇਰੇ ਖੁਰਕੇ ਬਹੁਤ ਉੱਠੀ ਜਾਂਦੀ ਹੈ ਖਤਮ ਹੋ ਗਿਆ ਭਾਈ ਤੂੰ ਤਾਂ ਠੀਕ ਹੈ ਭਾਈ ਓ ਜੱਸੇ ਖੁਰਕ ਦੀ ਗੋਲੀ ਲਿਆ ਕੇ ਦੇ ਮੈਨੂੰ ਤਾਂ ਯਾਰ ਖੁਰਕ ਬਹੁਤ ਉੱਠੀ ਜਾਂਦੇ ਪਿੰਡੇ ਤੇ ਯਾਰ ਇਹਨੂੰ ਕਹਿ ਦੇ ਨਾਲੇ ਮਾੜਾ ਮੋਟਾ ਨਾ ਅਨੂ ਲੇਗਾ ਸਾਰਾ ਦਿਨ ਢਿੱਡ ਨੰਗਾ ਕਰਕੇ ਖਜਾਈ ਜਾਂਦਾ ਹੈ ਭਾਈ ਉਹ ਪਾਣੀ ਤੱਤਾ ਤਰੇ ਪੈ ਜਾ ਘਰੇ ਜਾ ਕੇ ਨਾਲੇ ਤੱਤਾ ਪਾਣੀ ਕਰਿਆ ਪਾ ਭਾਈ ਹਾਂ ਤਰਿਆ ਹੋਇਆ ਮੈਂ ਸਰੋਂ ਦਾ ਤੇਲ ਤਾਂ ਨਹੀਂ ਪਿਆ ਕਰੇ ਢੂਹੀ ਤੇ ਲਾਉਣ ਵਾਸਤੇ ਉਹ ਤੂੰ ਪਹਿਲਾਂ ਨਹਾ ਤਾ ਲੈ ਤੈਨੂੰ ਤੱਤਾ ਕਰਕੇ ਦੇ ਲਾਂਗੇ ਤੇਲ ਜਾ ਵਗ ਜਾ ਪਤਾ ਤੂੰ ਤੇਲ ਕਿੱਥੇ ਲਾਉਣਾ ਜਾ ਵਗ ਜਾ ਆਇਆ ਲੈ ਜੀ ਸਾਹਿਬ ਚੱਜ ਦੇ ਕੱਪੜੇ ਪਾ ਲਿਓ ਇਹ ਨਹੀਂ ਪਤਾ ਅੱਜ ਪੁਲਿਸ ਵਾਲੀ ਰਿਸ਼ਤਾ ਲੈ ਕੇ ਆ ਜੇ ਹੈ 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 ਭਾਈ ਆਹੋ ਜਾ ਕੇ ਚੰਗੀ ਤਰ੍ਹਾਂ ਤਿਆਰ ਹੋ ਲਾ ਸੁਣਿਆ ਨਹੀਂ ਮੈਨੂੰ ਕੀ ਕਹਿਣੀ ਹੈ ਭਾਈ ਜਾ ਉਹਨੂੰ ਦੱਸਿਆ ਯਾਰ ਮਰ ਜਾ ਹੈ ਅੱਜ ਪੁਲਿਸ ਵਾਲੀ ਨੇ ਰਿਸ਼ਤਾ ਲੈ ਕੇ ਆਉਣਾ ਕਹਿੰਦੀ ਤੇ ਮੈਨੂੰ ਜਾ ਕੇ ਚੰਗੀ ਤਰ੍ਹਾਂ ਨਹਾ ਧੋ ਕੇ ਤਿਆਰ ਹੋ ਜਾ ਜੇ ਕਿਤੇ ਗੱਲ ਬਣਦੀ ਹੈ ਨਾ ਮਾੜੀ ਮੋਟੀ ਸੁਣ ਲਿਆ ਕਰੋ ਹਜੇ ਕੀ ਹੋਇਆ ਦੀ ਭਾਈ ਐਂ ਕਿਹੜਾ ਹੁਣ 4 ਦਿਨ ਚ ਮੈਂ ਬੜਾ ਹੋਣ ਲੱਗ ਗਿਆ ਹੈ 5-10 ਦਿਨ ਟਪਾ ਲੈਂਦੇ ਹਲੇ ਐ ਤਾਂ ਤੱਤਾ ਕੋ ਮੈਂ ਤੱਤਾ ਪਾਣੀ ਧਰ ਕੇ ਆਈ ਆ ਜਾ ਕੇ ਨਹਾ ਲੈ ਚੰਗੀ ਤਰ੍ਹਾਂ ਮਲ ਕੇ ਨਹਾ ਲੈ ਨਾ ਭਾਈ ਓਏ ਆ ਜਾ ਹੁਣ ਆਈ ਮੇਰੇ ਸਾਲਕਣੇ ਕੁਕੜਾਉਣਗੇ ਪੜੇ ਹੋਏ ਮੈਨੂੰ ਲੱਗਦਾ ਹੈ ਏ ਬਾਬਾ ਮੜੀ ਵਾਲਿਆ ਮੈਂ ਤਾਂ ਦੁੱਧ ਚੜਾ ਕੇ ਜਾਊਂ ਤੇਰੇ ਤੇ ਸੁੱਕੀ ਸਾਂਦੀ ਆ ਕੇ ਮੁੜ ਜੇ ਭੈਣ ਕਢਾਵੇ ਖੜਕੇ ਤੇ ਰਿਸ਼ਤੇ ਨੂੰ ਨਾ ਹੀ ਕਰ ਜੇ ਕਦੇ ਕਹਿੰਦੀ ਉਈ ਮੁੱਦਾ ਪਾ ਲੇ ਭੈਣ ਹੈਗੀ ਵੀ ਪੋਪਲ ਜੀ ਧੂਸ ਜੀ ਲੱਗਦੀ ਆ ਰੋਟੀਆਂ ਖਾਣੀ ਜੀ ਕੁੰਡਾ ਲਾ ਲਿਓ ਭਾਈ ਅੱਲਾ ਲੱਖੀ ਹਾਂ ਬਾਬਾ ਕਿਵੇਂ ਆ ਬੱਤਾ ਵਧੀਆ ਵਧੀਆ ਬਾਬਾ ਮਜ਼ਾ ਮਰ ਗਿਆ ਦੀ ਮੱਲਾ ਓਏ ਮਸਾ ਬਚਿਆ ਕੀ ਹੋ ਗਿਆ ਹਾਂ ਕੀ ਹੋ ਗਿਆ ਮੇਰੇ ਸਾਲ ਦੀ ਮੇਰੀ ਤਾਂ ਵੇਖ ਅੰਮੀ ਜਾਂਦੀ ਆ ਸਾਰੀ ਓਏ ਆ ਘਰ ਮੜਾ ਹੈ ਬਲੱਡ ਆ ਚੱਕ ਆ ਹੈ ਕੁਛ ਖਾਧਾ ਨੀ ਲਿਆ ਕੋਈ ਗਲਤ ਮਲਤਾ ਨਾ ਮੱਲਾ ਕਿੱਥੇ ਖਾਧਾ ਕੁਛ ਕਾਹਨੂੰ ਖਾਧਾ ਕੋਈ ਨਸ਼ੇ ਪੱਤੇ ਦੀ ਕੋਈ ਗੋਲੀ ਵਗੈਰਾ ਕੁਛ ਖਾ ਲਿਆ ਜਾਂ ਗਲਤ ਮਲਤ ਕੋਈ ਮੈਂ ਕਾਹਨੂੰ ਖਾਂਦਾ ਮੱਲਾ ਸਾਰ ਤਪ ਦਾ ਸਾਰਾ ਕੀ ਹਾਲ ਨੇ ਵੀ ਲੱਕੀ ਵਧੀਆ 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 ਮੜਾ ਜਾ ਕਬਜ਼ੀ ਦੀ ਦਵਾਈ ਨਹੀਂ ਸਾਡੇ ਵਾਲੇ ਬਾਬੇ ਦੀ ਕਬਜ਼ੀ ਨਹੀਂ ਹਟ ਰਹੀ ਅੱਛਾ ਕਬਜ਼ੀ ਹੋ ਗਈ ਉਹਨੂੰ ਕਿਵੇਂ ਬਾਬੇ ਵਧੀਆ ਵਧੀਆ ਤੂੰ ਨਾਲੇ ਕੰਨੇ ਉਹਦੇ ਪੁੱਠੀਆਂ ਮੱਤਾਂ ਨਾ ਦੇਆ ਕਰ ਤੈਨੂੰ ਦੱਸਾ ਵੇ ਕਿਉਂ ਮੱਤ ਦੇਤੀ ਮੈਂ ਪੁੱਠੀ ਮੱਲਾ ਮੱਲਾ ਮਸਾ ਬਸਿਆ ਓਏ ਕੀ ਗੱਲ ਹੋ ਗਈ ਉੱਪਰ ਦਾ ਟੈਲੀ ਵਿੱਚ ਰੈੜੀ ਲੈ ਕੇ ਗਏ ਦੇ ਸੀ ਹਾਂ ਕੱਲ ਲਈ ਜਾਂਦੇ ਤੇ ਹਾਂ ਅੱਛਾ ਅਸੀਂ ਤਾਂ ਜਾ ਕੇ ਖੇਤ ਲਾ ਲਿਆ ਹੈ ਫੇਰ ਬਈ ਇੱਕ ਦਾ ਭਾਣ ਦਾ ਰਗੀਲ ਟੈਲੀ ਵਿੱਚ ਜਣਾ ਉੱਤੋਂ ਸਾਰਾ ਮਾਹੌਲ ਰਗੀਲ ਹੋ ਗਿਆ ਹੈ ਫੇਰ
फिर की भागू ना चक्का गंडासा टैली बजने टोटे करते भैन दे यार दे दे अज तक कट्ठा करके थैले च पा के अंदर बड़ के बह गए दो जने कट्टी रात टैली बजन दी जे उत्ते आ जाना साडे आ गई रहना भाई लकी दवाई पता चरण डिड पई है तेन पता नी कुछ ला महा कहते तेन पता हूं की हो गया कई दिन डिड पई है हां खासा कुछ हो रहा मैं तो मुंडा मिले तीगा कहना सन पैसे धेले है कहना बाली डेड है मेरी माता पैसे नहीं है हो रहा हो पैसे कनियो फिर मुंडा होंगे का फिकर ला मैं आप दे आप बेच दू गुरदे बेच दू कीला बेच दू चारण नहीं कुछ सुन दिता मैं ही कहना तेन गौर कर ला महा ला तेन पता हो मैं तो ऐ लगता वे है भाया फलमा ही आवागू इधरले बड ते चरनो पई हुआ इधरले बड ते मैं पया हूं मैं भी डाउन जा हो रिया खासा ओए तू ही है बेड बुड ते पैण वाला ओ बेड वाली कोई नहीं रही ओ ता सेवे वाला हाल ओ ता जमीन मैं जा मैं करदा पैसा पूसा दा हिला है नहीं मैं कुछ सोण दंदा मेरी चरनो नु आ कर ले गौर ओ ता इक अद्दे दिन दी परौणी है नहीं ना ऐगा बोलदा कर्न ते मरू मेरे चंगा चंगा तू गौर कर ले मैं इत्थे खड़ा दी ओ ता मुंडा आ खड़ा दी चौक ला डॉक्टर गोलियां दी भाई जिन्ना मैं नेड़े आनिया तू अगवा हाई जमे अगवा की आवा बाबा आगू किथे ओए तू ते जड़े ना खड़ जा तेरी ओए हो गया ओए ओए की हो गया भागुआ भागुआ जदों देख लग जांदा ना कुत्ते वांगू बोलना सूल होंदा अरे कर ला करो जे भाग जा सौरे घर जमाई कुत्ता भैन घर भाई सारे तेरे बब्बर च पैसे जांदे आ ओदे चल अंडे खाई जान उत्थे लसमन लखीरा खिचदा बजदा नी ऐ बोलदा मेरी भैन नूं तमीज नाल गल कर चज नाल बोल ले साडे घरों भग जा यार तेरा घर कित्थे आए मार लेगा आऊ मेरे यार दा घर है मार लेगा तू हां तू गंदा करदा है मार मार आउंदा मेरा यार मार आजा आगा मेरा यार मारी गडासा हां मेरे सले देख ला ओए ओ जीजा तू नाड़ बड़ी दे बंदे नु है
मेरा मारदा है। मेरी गल सुन ला, जे ता ब्याह कराना चाहे इनू रख ले तो सानू रख ला। गल्ला मार दिया फिर तू करेगी फैसले कर दे भाई। हां फैसले आप दा चला तू मार लेगा है, मार लेगा। भाग जा मेरा यार गणा, भाग जा ओए। देख ला यार भागुआ है। चल मेरी तू कहता की है रे, तन्नू दोपहर ते बेरे भज्जा फिरदा ओए। पुछड़ा होवे भागुआ खैर है, खैर ही नहीं है मेरे साले भी है। की हो गया कंजे ते दस्ता दे। चल लो डाउना भागुआ बाली ओए। हैं चल नो। हां डाउना बाली ओदा बहुत ज्यादा बीमार पिया है। फिर हुण ओए मैं तेरे को आया भी ऐसे पूछे दा जुगाड़ कर थोड़ा बहुत। क्यों सुनाम चकनी दाखिल करवानी पा भागुआ। मैं तो सारा ब्लड घट गया है, मैं फिक्र हुई जी आपकी मैं की करा। फिक्र रोटी नहीं चंकी लगती भागुआ, हल्क बेच दी मेरा सारा बोला जला मूड खराब करता जा। ब्रिज वाला दाखिल करवाने। ब्रिज वाला ने कहते वास्ते करवानी है। और की हो गया बोला भागू ओदा जच्चा बच्चा जांच केंद्र है। मेरी चरण कुछ हो गया ना मैं मर जू तेन दसा वै मैं इथो नी रह जाना ओ बिना भागुआ। चरण की हो गया तेन गलती हो गई। बाबा मेरी गल सुन ला, जे जे तेरे लक्षण रहे ना मैं नी तेन रिश्ता कराउंदी। फिर जसे मेनू तो नहीं लगता ब्याह कराउंदे हालात ने। नहीं जी कोई गल नहीं जी, मेरी गल सुन लै हुण मैं सारा कुछ दसता। महा जी तो गलती हो गई नाले प्रीत करके बख्शता ने तुहानू थोड़े शर्म मन ठरक भोरी जाना का हाल पुछना गा। अकली नहीं हैगी भाई, मैं जवान तिलक गई मेरी ता जमी। मेरी गल सुन बाबा, तेरी ता जवान ही तिलकदी है। जिद्दे मैं पट्टे वाली मशीन चलाती ना ओ इक थां ते बजू, फिर ओ नहीं तिलकदी हुण। रिश्ता करा तेरी की लगती है
ਪੈਣ ਲੱਗਦੀ ਆ ਮੇਰੀ ਰਿਸ਼ਤੇਦਾਰੀ ਮੈਂ ਭਾਈ ਤੇਰਾ ਕੀ ਲੱਗਿਆ ਜੇ ਰਿਸ਼ਤਾ ਕਰਾਵਾਂਗੀ ਤੂੰ ਮੈਨੂੰ ਜੀਜਾ ਆਹ ਉਹ ਰਿਸ਼ਤੇਦਾਰੀਆਂ ਫੇਰ ਕੱਢ ਲਈ ਪਹਿਲਾਂ ਪੱਕ ਠੱਕ ਤਾਂ ਪੂਰੀ ਚੰਗੀ ਤਰ੍ਹਾਂ ਕਰ ਲੈ ਮਰੀ ਜਾਣਾ ਉਹਨਾਂ ਪਹਿਲੇ ਚਾਕੀ ਨਾਲ ਕਿੱਥੇ ਜਾਂਦਾ ਦੀ ਤੂੰ ਇਹ ਤਾਂ ਅਸੀਂ ਉਹ ਆਪਣੇ ਉਹ ਚਰਨੋ ਵਾਲੀ ਮਾਰਦੀ ਵਿਚਾਰੀ ਸਲਾਮ ਸਲਾਮ ਲੈ ਕੇ ਜਾਂਦੇ ਨੇ ਪੰਨਾ ਨਾ ਚੱਲ ਇਹ ਚਰਨੋ ਕੌਣ ਆ ਮੈਂ ਦੱਸਦਾ ਜੀ ਇਹਨਾਂ ਦੀ ਸਾਂਝੀ ਮਸੂਕ ਆ ਜੀ ਕਕਾਲੂ ਆਈ ਉਹਦਾ ਕੋਈ ਹੈ ਭੈਣ ਦੇ ਖਾਸਮਾਂ ਦੀ ਨੇ ਘਰ ਪਟਰਗਾ ਸਾਡਾ ਵੀ ਤਾਂ ਹੀ ਤਾਂ ਮੈਨੂੰ ਹਜੇ ਤੱਕ ਡੋਲਾ ਨਹੀਂ ਹੋਇਆ ਜੀ ਮੈਂ ਤਾਂ ਬਾਬਾ ਚੋਲੇ ਚ ਕੀ ਸਾਰਾ ਘਰ ਖਵਾਤਾ ਜੀ ਓਏ ਕਾਲੂ ਕੀ ਲੈ ਕੇ ਜਾਂਦੇ ਤੇ ਚੋਲੇ ਚ ਦੱਸ ਖਰਜਾ ਦੱਸੇ 1 ਮਿੰਟ ਲੈ ਮੈਨੂੰ ਫੜਾ ਬਾਬੇ ਚੋਲਾ ਉਹ ਤਾਂ ਭਾਈ ਕੁਛ ਨਹੀਂ ਹੈਗਾ ਇਸ ਤਾਂ ਉਹ ਭਾਈ ਕੁਛ ਨਹੀਂ ਹੈਗਾ ਇਸ ਤਾਂ ਕੀ ਆ ਇਹਦਾ ਚੁੰਨੀ ਆਪਣੀ ਜਿਸੇ ਪੈਸੇ ਮੈਨੂੰ ਕਹਿੰਦਾ ਜੀ ਮੈਂ ਅੜਤੇ ਦੇ ਰਹਿ ਦੇਖ ਲੋ ਹਾਏ ਰੱਬਾ ਕੀ ਬਣੂ ਤੁਹਾਡੇ ਘਰ ਦਾ ਇੰਨਾ ਸਮਝਾ ਕੇ ਵੀ ਤੂੰ ਬਾਬਾ ਕੰਮ ਹੈ ਪੁੰਨਦਾਨ ਬਾਬਾ ਪੁੰਨ ਕਰਨਾ ਮੇਰੀ ਗੱਲ ਸੁਣ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰਦੇ ਚੂਲਾ ਪਵਾਉਂਦੇ ਹਾਂ ਮਸ਼ੂਕਾ ਨੂੰ ਪੈਸੇ ਖਵਾਉਂਦਾ ਫਿਰਦਾ ਤੂੰ ਮੇਰੀ ਗੱਲ ਸੁਣ ਬਾਬਾ ਠੀਕ ਆ ਮੈਂ ਤੇਰੇ ਨਾਲ ਰਿਸ਼ਤੇ ਦੀ ਗੱਲ ਕਰਨਾ ਹੀ ਆ ਜੇ ਤੇਰੇ ਆਹੀ ਲੱਛਣ ਰਹੇ ਫਿਰ ਨਹੀਂ ਕੁੜੀ ਵਸਾ ਸਕਦਾ ਤੂੰ ਬਸ ਵਸਾਉਂਗਾ ਭਾਈ ਵਸਾਉਂਗਾ ਕਿਉਂ ਨਹੀਂ ਮੇਰੇ ਲੱਛਣ ਕੀ ਹੈ ਇਹ ਤਾਂ ਭਾਈ ਮੈਨੂੰ ਐ ਦੱਸ ਕਿਹੜੇ ਦਿਨ ਚੱਲੀਏ ਦਿਨ ਦੇ ਦੋ ਤੁਸੀਂ ਦਿਨ ਤਾਂ ਐਤਵਾਰ ਨੂੰ ਆਪਾਂ ਚੱਲਾਂਗੇ ਕੀ ਭਾਈ ਵੀਰਵਾਰ ਦੇਖੀਏ ਤੇ ਭਾਈ ਆ ਪਤਾ ਆਪਦਾ ਦੇਖ ਲੈ ਜਿਹੜਾ ਦਿਨ ਦੇਖਣਾ ਵੀਰਵਾਰ ਚੰਗਾ ਦਿਨ ਭਾਈ ਅਗਲਾ ਵੀਰਵਾਰ ਭਾਈ ਮੈਂ ਬੇਲੀ ਨਹੀਂ ਹੈਗੀ ਬਾਬਾ ਉੱਦੇ ਮੇਰੀ ਥਾਣੇ ਚ ਡਿਊਟੀ ਆ ਬੁੱਧਵਾਰ ਨੂੰ ਬਾਗ ਚੱਲਾਂਗੇ ਜੀ ਬੁੱਧ ਕੰਮ ਸ਼ੁੱਧ ਦੇਖ ਲਓ ਜੇ ਬੇਲੇ ਹੋ ਤੁਸੀਂ ਤੇ ਆਇਆ ਕਰ ਭਾਈ ਸਪੱਟ ਰਿਹਾ ਕੁੜੀਆਂ ਦੋਏ ਦੇਖ ਲੈ ਜੇ ਲਾਲ ਲੱਗਦੇ ਹੱਥ ਹੈ ਉਹਨੂੰ ਤਾਂ ਦਿਖਾਓ ਜੀ ਪਹਿਲਾਂ ਜਿਹੜੀ ਦਿਖਾਉਣੀ ਆ ਕੋਈ ਮੈਨੂੰ ਲੱਗਦਾ ਪਹਿਲਾਂ ਉਸ ਦੇ ਹੀ ਕਰਾ ਦਾਂਗੇ ਤੁਹਾਨੂੰ ਰਹਿਣ ਦਿੰਨੇ ਆ ਚਾਹ ਮੈਨੂੰ ਦੇ ਦੇ ਭਾਈ ਘੱਟੋ ਤੂੰ ਤਾਂ ਕਿੱਥੇ ਹੈਗਾ ਉਧਰ ਦੇ ਦਿਓ ਪਹਿਲਾਂ ਚਾਹ ਦੇ ਦੇ ਭਾਈ ਉਰਾ ਹੈ ਚਾਹ ਤੂੰ ਤਾਂ ਕਿੱਥੇ ਹੈ ਚਾਹ ਤੂੰ ਤੈਨੂੰ ਬੁਲਾਓ ਭਾਈ ਘਰ ਦਾ ਜੀ ਆਹੋ ਮੇਰੇ ਓਏ ਇੱਕ ਗੱਲ ਹੋਰ ਦੱਸੇ ਇਹਨੂੰ ਤਾਂ ਸਮਝਾਉਣ ਦਾ ਕੋਈ ਫਾਇਦਾ ਹੈ ਨਹੀਂ ਹਾਂਜੀ ਬੋਲੋ ਨਾਲੇ ਕੋਈ ਮੰਗ ਮੁੰਗਾ ਭਾਈ ਹੁਣ ਦੱਸ ਦੋ ਆਪਦੀ ਉੱਥੇ ਕਿਤੇ ਬਾਅਦ ਚ ਨਾ ਕਰੀ ਜਾ ਮੈਂ ਕੁੜੀ ਨੂੰ ਵਿਆਹ ਹੋ ਗਿਆ ਨਾ ਜਦੋਂ ਕਿਤੇ ਤੰਗ ਕਰੀ ਜਾ ਮੈਂ ਦਾਜ ਦੂਜ ਪਿੱਛੇ ਮੰਗ ਨੂੰ ਕੋਈ ਮੰਗ ਨਹੀਂ ਹੈਗੀ ਇਹ ਕਿਹੜਾ ਗਾਂ ਹੈ ਤੇ ਮੰਗ ਆਈ ਹੈ ਇੱਕ ਉਹ ਤੂੰ ਖਰਚਾ ਹੋਏ ਤੇਰੀ ਕੀ ਮੰਗ ਹਾਂ ਪਹਿਲਾਂ ਤੂੰ ਦੱਸ ਬੜਾ ਹੈਗਾ ਨਾ ਸਪਾਟਣ ਜੀ ਹੈ ਆਪਣਾ ਮਾਲ ਮੂਲ ਮੜਾ ਹੈਗਾ ਪੋਲਾ ਰੱਖਿਓ ਹੈਣਾ ਸਾਰੇ ਲੈ ਤੂੰ ਤਾਂ ਵੀ ਹੈਗਾ ਆ ਸੁਣ ਲਓ ਜੀ ਮੇਰੀ ਗੱਲ ਸਾਰੇ ਮੜਾ ਆ ਵੱਡੀ ਉਮਰ ਦੇ ਰਹੇ ਆ ਦੰਦ ਨਹੀਂ ਹੈਗੇ ਚੱਬਿਆ ਨਹੀਂ ਜਾਣਾ ਮਾਲ ਪੱਤਾ ਕਿਸੇ ਤੋਂ ਪੋਲਾ ਮਾਲ ਕਰਾ ਲਿਓ ਹੈ ਮੈਨੂੰ ਐ ਲੱਗਦਾ ਮੈਂ ਉੱਥੇ ਕਿਤੇ ਤੇਰੇ ਵਾਸਤੇ ਲੈ ਜੇ ਸਪੀਲਾ ਲਵਾ ਦੂੰ ਉਹਨਾਂ ਤੋਂ ਸਪੀਲ ਲਿਆ ਆਪਣਾ ਉਹ ਕੀ ਹੁੰਦਾ ਭਾਗੂਆ ਚਮ 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 ਮੇਰੀ ਗੱਲ ਸੁਣੋ ਜੀ ਕੋਈ ਮੰਗ ਨਹੀਂ ਮੰਗ ਨੂੰ ਕਿਹੜਾ ਗਾਂ ਇਹ ਐਸਐਚਓ ਲੱਗਿਆ ਇੱਥੇ ਇਹਨੂੰ ਜੁੜ ਜੇ ਕੋਈ ਕਾਣੀ ਬੋਲੀ ਉਹੀ ਬਹੁਤਾ ਕੋਈ ਮੰਗ ਨਹੀਂ ਹੈਗੀ ਜੀ ਬਾਕੀ ਇਹਨੂੰ ਪੁੱਛ ਲਓ ਮੰਗ ਤਾਂ ਹੈਗਾ ਮੈਂ ਤੁਹਾਨੂੰ ਦੱਸਦਾ ਇਹ ਤਾਂ ਜਵਾਕ ਹੈ ਇਹਨੂੰ ਕੀ ਤਾਂ ਦੇਣ ਲੈਣ ਦਾ ਦੇਣ ਲੈਣ ਦਾ ਸਾਰਾ ਮੈਂ ਕਰਿਆ ਭਾਈ ਘਰ ਪਰਿਵਾਰ ਦਾ ਇੱਕ ਤਾਂ ਭਾਈ ਮੇਰੇ ਦੋ ਫੁੱਫੜ ਨੇ ਦੋਵਾਂ ਨੂੰ ਛਾਂਪਾਂ ਚਾਹੀਦੀਆਂ ਨੇ ਤੈਨੂੰ ਨਹੀਂ ਪਤਾ ਲੱਗ ਰਿਹਾ ਹੈ ਤਿੰਨ ਭਾਈ ਸਾਡੇ ਹੈਗੇ ਨੇ ਪਰੌਣੇ ਅੱਛਾ ਦੇਖਣਾ ਹੋਰ ਇਸ ਤਰੀਕੇ ਗੱਲ ਹੈ ਤਰੀਕੇ ਜੋ ਪੈਂਦੇ ਨੇ ਤਿੰਨ ਭਾਈ ਛਾਂਪਾਂ ਹੋ ਚਾਹੀਦੀਆਂ ਨੇ ਦੋ ਮੇਰੇ ਮਾਮੇ ਨੇ ਭਾਈ ਹਾਂ ਦੋ ਮਾਮਿਆਂ ਨੂੰ ਛਾਂਪਾਂ ਚਾਹੀਦੀਆਂ ਨੇ ਇੱਕ ਭਾਈ ਜੱਸੇ ਨੂੰ ਵੀ ਚੱਲ ਮਾਨ ਤਾਨ ਕਰਾ ਦਿੰਦੇ ਮੈਨੂੰ ਕੁਝ ਨਹੀਂ ਚਾਹੀਦਾ ਯਾਰ ਦੋਸਤ ਨੂੰ ਪੈਂਦੀ ਹੁੰਦੀ ਆ ਭਾਈ ਹੋਣਾ ਹਾਂ ਠੀਕ ਹੈ ਮੇਰੀ ਗੱਲ ਸੁਣ ਜੱਸਾ ਵਾਲੇ ਨੂੰ ਜਿਹੜੀ ਕੋਈ ਚੈਨੀ ਚੁੰਨੀ ਪਾਉਣੀ ਆ ਹਲਕੀ ਭਾਰੀ ਜੀ ਭਾਈ ਉਹ ਛੋਟੀ ਮੋਟੀ ਚੱਲ ਪਾ ਕੇ ਇਹਦਾ ਵਿਚਾਰੇ ਦਾ ਭਗਤ ਬੰਦਾ ਹੈ ਮਾਨ ਤਾਂ ਨਹੀਂ ਦਾ ਕਰਦਾ ਮੈਂ ਵੀ ਇਹਦੇ ਭਾਈ ਵਰਗਾ ਮੈਨੂੰ ਐ ਕਰਦਾ ਹੈ ਇਹਨੂੰ ਪਾਉਣ ਸਾਲੇ ਨੂੰ ਹਾਂ ਉਹ ਜਿਹੜਾ ਖੜ ਜਾ ਓਏ ਚੱਕ ਕਰ ਜਾ ਬੈਗ ਫੜਾ ਦੇ ਮੇਰਾ ਜੱਸੇ ਮੈਂ ਕਰਦਿਆ ਮੁਨਸ਼ੀ ਨੂੰ ਫੋਨ ਇੱਥੇ ਪਵਾਉਣੀ ਆ ਦਾਜ ਦਾ ਪਰਚਾ ਉਹ ਰਹਿਣ ਦੋ ਜੀ ਕੱਟ ਦੋ ਜੀ ਕੱਟ ਦੋ ਤਾਂ ਹੀ ਪਕਾਈ ਤੈਨੂੰ ਕਿਹਾ ਦੀ ਢੰਗ ਨਾਲ ਗੱਲ ਕਰ ਲੈ ਫੜ ਦੇਣੀ ਤੁਸੀਂ ਜਿੰਨਾ ਤੱਕ ਤੁਹਾਡੇ ਨਾ ਤੁਹਾਡੇ ਪਟੇ ਫਿਰਨ ਤੁਹਾਡੇ ਬਾਬਾ ਮੇਰੀ ਗੱਲ ਸੁਣ ਠੀਕ ਆ ਬੰਦਿਆਂ ਵਾਂਗੂ ਵਿਆਹ ਕਰਾਉਣਾ ਤਾਂ ਦੱਸ ਦੇ ਆ ਦਾਜ ਦੂਜ ਵਾਲੀਆਂ ਮੰਗਾਂ ਤਾਂ ਪੂਰੀਆਂ ਹੋਣ ਤੋਂ ਰਹੀਆਂ ਆਪਦੀ ਉਮਰ ਦੇਖ ਲੈ ਨਾਲੇ ਤੂੰ ਕੁੜੀ ਦੀ ਉਮਰ ਦੇਖ ਲੈ ਉਹਦੀ ਤਾਂ ਇੱਕ ਮਜਬੂਰੀ ਆ ਵੀ ਐਡੀ ਵੱਡੀ ਜ਼ਿੰਦਗੀ ਉਹ ਵਿਚਾਰੀ ਕਿਵੇਂ ਕੱਢੂਗੀ ਨਹੀਂ ਉਹ ਕੋਈ ਨਹੀਂ ਕਹਿੰਦੀ ਤੇਰੇ ਬਸ ਸਿੱਧੀ ਜੀ ਗੱਲ ਆ ਜੀ ਸਿੰਪਲ ਜਿਹਾ ਵਿਆਹ ਕਰਾਂਗੇ ਜੀ ਟੈਂਟ ਲਾ ਦਾਂਗੇ ਇੱਥੇ ਥਾਈ ਦੂਈ ਜੀ ਮੇਨ ਮੇਨ ਜਿਹਾ ਬਸ ਆਈਟਮਾਂ ਰੱਖ ਲਾਂਗੇ ਹੋਰ ਕੁਛ ਨਹੀਂ ਜੀ 100 ਕੁ ਬੰਦੇ ਦਾ ਕੰਮ ਤਾਂ ਰੱਖੋ 100 ਬੰਦੇ ਜਿਹੜੇ ਹੱਥੋਂ ਸ਼ਾਂਪਾ ਸੁੱਪਾਂ ਦੇ ਸੁਪਨੇ ਦੇਖਦਾ ਨਾ ਉਹ ਪੂਰਾ ਨਹੀਂ ਹੁੰਦੇ ਉਹ ਤਾਂ ਅਗਲੇ ਕਹਿੰਦੇ ਅਸੀਂ ਚੁੰਨੀ ਚੜਾ ਕੇ ਭੇਜਾਂਗੇ ਤਿੰਨ ਕੱਪੜਿਆਂ 'ਚ ਇਹ ਤਿੰਨ ਕੱਪੜੇ ਕਿਹੜੇ ਕਿਹੜੇ ਨੇ ਜੀ ਦੱਸੋ ਤੈਨੂੰ ਮੈਂ ਕਿਹੜੇ ਕਿਹੜੇ ਨੇ ਤਿੰਨ ਕੱਪੜੇ
ਦੱਸਾਂ ਤੈਨੂੰ ਸਰਾਰਾ ਪਲਾਜੋ ਦੱਸਾਂ ਤੈਨੂੰ ਮੈਂ, ਤੈਂ ਕੀ ਲੈਣਾ ਗਾ ਜਵਾਕ ਆ ਮੇਰਾ ਬੋਲਦੀ ਨਹੀਂ ਯਾਰ ਕਿਹਨੇ ਕਹਿ ਤੈਨੂੰ ਬੋਲਣ ਨੂੰ ਮੇਰੇ ਭੌਂਕੀ ਨੇ ਕੁੱਤਿਆਂ ਵਾਂਗੂ ਪਲੀਜ਼ ਨਾ ਕਰੋ ਤੁਸੀਂ ਭਾਈ ਮੈਨੂੰ ਫੋਟੋ ਦਿਖਾਓ ਇੱਕ ਵਾਰੀ ਕਿਹੋ ਜੀ ਹੈ ਫੋਟੋ ਤਾਂ ਮੈਂ ਦਿਖਾ ਦੂੰਗਾ ਬਾਬਾ ਚੁੱਪ ਕਰ ਜਾ ਬਾਬਾ ਫੋਟੋ ਤਾਂ ਮੈਂ ਦਿਖਾ ਦੂੰ ਪਹਿਲਾਂ ਮੈਨੂੰ ਇਹ ਦੱਸ ਮੇਰੀ ਸ਼ਰਤ ਮਨਜ਼ੂਰ ਆ ਮਨਜ਼ੂਰ ਆ ਭਾਈ ਹੋਰ ਦੱਸ ਦੇ ਕਿਹੜੀ ਕਿਹੜੀ ਸ਼ਰਤਾਂ ਨੇ ਦੱਸ ਇੱਕ ਗੱਲ ਸੁਣ ਹਾਂਜੀ ਫੋਟੋ ਤਾਂ ਦਿਖਾ ਦਣੀ ਆ ਮੈਂ ਨਾਲੇ ਜਿੱਦੇ ਨੂੰ ਦੇਖ ਦਿਖਾਈ ਵਾਸਤੇ ਲੈ ਕੇ ਆਏਗਾ ਨਾ ਆਹ ਚਾਦਰਾ ਚੂਦਰਾ ਨੇ ਦੇ ਪਵਾ ਕੇ ਲੈ ਚੱਜ ਦੇ ਕੱਪੜੇ ਪਵਾ ਲੈ ਨਹੀਂ ਆਏ ਦੇਖ ਕੇ ਤੈਨੂੰ ਜਵਾਬ ਦੇ ਦੇਣਗੇ ਉਹ ਕੋਈ ਨਾ ਮੈਂ 3 ਪੀਸ ਸਮਾ ਦੂੰਗਾ ਜਿਹਦੇ ਲਈ ਹੋਰ ਕੀ ਆ ਫਿਰ ਹਾਂ ਆਪਦਾ ਜੋ ਕੋਟ ਜਿਹਾ ਪਵਾ ਲਿਆਵਾਂਗਾ ਮੈਨੂੰ ਨਹੀਂ ਪਤਾ ਕੁਛ ਮਰਜ਼ੀ ਪਵਾ ਕੇ ਲਈ ਕਿਤੇ ਮੇਰੀ ਬੇਇੱਜ਼ਤੀ ਨਾ ਕਰਾ ਦਿਓ ਚੰਗਾ ਫੋਟੋ ਦਿਖਾ ਦੇ ਆਹ ਦੇਖ ਲੈ ਫੋਟੋ ਲੈ ਫੋਟੋ ਭੇਜ ਵੀ ਦੀ ਨਾਲੇ ਹਨਾ ਇਹਦੀ ਫੋਨ 'ਚ ਭੇਜ ਦੀ ਪਹਿਲਾਂ ਭੇਜਣ ਦੀ ਹੋ ਗਈ ਨਹੀਂ ਹੈਗਾ ਵੀ ਦੇਖ ਲਾ ਵੀ ਭੈਣ ਨੂੰ ਤੁਹਾਡੀ ਨੇ ਤਾਂ ਟੁਕੜਾ ਹੋ ਗਿਆ।